ਨੇ ਉਹਨਾਂ ਵਿੱਚ ਪੈਲਟ ਸ਼ੋਰ ਹੈ। ਕਿਉਂ ਨਹੀਂ ਕੱਢੇ ਜਾ ਰਹੇ? ਕਿਉਂਕਿ ਜੋ ਬਾਹਰ ਕੱਢੇ ਜਾਣਗੇ 307 ਦਾ ਕੇਸ ਰਜਿਸਟਰ ਕਰਨਾ ਪੈਣਾ। ਇਹ ਹੁਣ ਭਗਵੰਤ ਮਾਨ ਜੀ ਕਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਕੋਲ ਭੱਜੋਗੇ? ਕਿੰਨਾ ਚਿਰ ਤੁਸੀਂ ਸੈਂਟਰ ਦੀ ਵਿਚੋਲਗੀ ਕਰੋਗੇ? ਬਾਹਰ ਨਿਕਲੋ। ਵੇਖੋ ਮੈਂ ਇੱਥੇ ਵੇਖੋ, ਇਸ ਟਾਈਮ ਅਸੀਂ ਕਿਸਾਨਾਂ ਦੇ ਮਸਲੇ 'ਚ ਆਏ ਹਾਂ। ਮੈਂ ਸਿੱਧੇ ਤੌਰ ਕੋਈ ਇਹੋ ਜਿਹਾ ਇਲਜ਼ਾਮ ਲਗਾਉਣਾ ਨਹੀਂ ਚਾਹੁੰਦਾ। ਅੱਛਾ, ਇੱਕ ਮਿੰਟ, ਮੈਂ ਇਹੀ ਗੱਲ ਕਹੂੰਗਾ ਭਗਵੰਤ ਮਾਨ ਨੂੰ, ਆਹ ਟਾਈਮ ਆ ਗਿਆ। ਮਾਨ ਸਾਹਿਬ ਲੀਡਰ ਉਹਨੂੰ ਕਿਹਾ ਜਾਂਦਾ ਜਿਹੜਾ ਮੌਕੇ 'ਤੇ ਆ ਜਾਏ, ਆਪਣੇ ਲੋਕਾਂ ਨਾਲ, ਆਪਣੀ ਕਿਸਾਨੀ ਨਾਲ, ਆਪਣੇ ਸੂਬੇ ਨਾਲ ਖੜਾ ਹੋਵੇ। ਹੁਣ ਤਾਂ ਇੱਕ ਮਿੰਟ, ਹੁਣ ਟਾਈਮ ਆਇਆ, ਹੁਣ ਇਹ ਵਿਚਲਾ ਕੰਮ ਨਹੀਂ ਹੋਣਾ। ਜਾਂ ਤੈਨੂੰ ਪੰਜਾਬ ਨਾਲ ਖਲੋਣਾ ਪੈਣਾ, ਜਾਂ ਤੈਨੂੰ ਸੈਂਟਰ ਨਾਲ ਅਤੇ ਹਰਿਆਣੇ ਨਾਲ ਖਲੋਣਾ ਪੈਣਾ। ਤੋ ਇਸ ਗੱਲ ਕਾਰਨ 1 ਮਾਰਚ ਤੋਂ ਅਸੈਂਬਲੀ ਸੈਸ਼ਨ ਆਉਣ, ਅਸੀਂ ਇਹ ਸੈਸ਼ਨ ਚੱਲਣ ਨਹੀਂ ਦੇਣਾ ਜਿੰਨਾ ਚਿਰ ਇਹ ਪਹਿਲੇ ਫੈਸਲਾ FIR ਦਾ ਹੁੰਦਾ। ਇੱਕ ਪ੍ਰੋਵੀਜ਼ਨ ਹੈ ਇੰਡੀਅਨ ਪੀਨਲ ਕੋਡ ਦੇ ਵਿੱਚ, ਤੇ ਜੇ ਕੋਈ ਕਿਸੇ ਚਲਦੀ ਰੋਡ ਨੂੰ ਬਲੌਕ ਕਰੂਗਾ ਪਰਮਾਨੈਂਟਲੀ, ਉਹਦੇ ਪਰਚਾ ਦਰਜ ਹੁੰਦਾ, ਪ੍ਰੋਵੀਜ਼ਨ ਹੈ। ਹਾਂ ਬਿਲਕੁਲ, ਇਹ ਹਰਿਆਣਾ ਸਰਕਾਰ ਤੇ FIR ਦਰਜ ਹੋਣੀ ਚਾਹੀਦੀ। ਮੈਂ ਕਹਿੰਦਾ ਪਹਿਲੇ ਆਹ ਜਿਹੜਾ ਐਡਾ ਸੰਗੀਨ ਜੁਰਮ ਕੀਤੇ, ਕਤਲ ਕੀਤੇ, ਪਹਿਲੇ ਉਹਨਾਂ ਦੀ ਤੇ ਕਰ ਲਓ, ਸੜਕ ਦੀ ਤੇ ਬਾਅਦ ਚ ਵੀ ਕਰ ਲਈ। ਮੇਰੀ ਬੇਨਤੀ ਇੱਕ ਸੁਣ ਲਓ, ਮੈਂ ਕਿਸੇ ਇੰਡੀਵਿਜੁਅਲ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਹਰ ਪੰਜਾਬੀ ਜਿਹੜਾ ਇੱਕ ਦੂਜੇ ਦੀ ਮਦਦ ਕਰ ਰਿਹਾ ਸੀ ਉਹਨੂੰ ਵੈਲਕਮ ਕਰ, ਜਿਹੜਾ ਕਿਸੇ ਪਾਰਟੀ ਨਾਲ ਹੋਏ, ਕਿਸੇ ਪਾਰਟੀ ਨਾਲ ਕੋਈ ਸਾਥੀ, ਭਾਵੇਂ ਸਾਡੀ ਪਾਰਟੀ ਦਾ, ਸਾਡੀ ਵਿਰੋਧੀ ਜਮਾਤਾਂ ਦਾ, ਜਿਹੜਾ ਇਸ ਟਾਈਮ ਕਿਸਾਨਾਂ ਦੀ ਪਿੱਠ ਪਿੱਛੇ ਖੜੇਗਾ, ਮੈਂ ਉਹਦੀ ਜਿਹੜੀ 1 ਕਰੋੜ ਰੁਪਏ ਦੀ ਮਦਦ ਕੀਤੀ ਗਈ ਹੈ, 1 ਕਰੋੜ ਰੁਪਏ ਦੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਮੇਰੀ ਸੁਣ ਲਓ, 1 ਕਰੋੜ ਦੀ ਮਦਦ ਦਾ ਮਕਸਦ ਇਹ ਸੀ ਕਿ 302 ਦਾ ਪਰਚਾ ਦਰਜ ਨਾ ਕਰਨਾ ਪਏ, ਪੋਸਟਮਾਰਟਮ ਕਰਨਾ ਨਾ ਪਏ, ਸ਼ੁਭ ਕਰਨ ਸਿੰਘ ਨੂੰ ਖੜ ਕੇ ਸੰਸਕਾਰ ਕਰ ਦਿੱਤਾ ਜਾਏ, ਜਿਸ ਤਰ੍ਹਾਂ ਉਦੋਂ ਸਾਡੇ ਨੌਜਵਾਨ ਰੈਪ ਸਿੰਗਰ ਦਾ, ਮੂਸੇ ਵਾਲੇ ਦਾ ਕਰ ਦਿੱਤਾ ਗਿਆ ਸੀ। ਇਸ ਇਸ਼ੂ ਨੂੰ ਨੌਨ ਇਸ਼ੂ ਬਣਾਉਣਾ ਕਿ 1 ਕਰੋੜ ਰੁਪਇਆ ਦੇ ਦਿਓ, ਮੰਨ ਜਾਣਗੇ ਗਰੀਬ ਲੋਕ ਨੇ, ਬਟ ਉਹਨਾਂ ਨੇ ਪੰਜਾਬੀਆਂ ਵਾਲੀ ਉਹ ਗੱਲ ਵਿਖਾਈ, ਉਹਨੇ ਕਿਹਾ ਨਾ ਤਾਂ ਅਸੀਂ ਕਰੋੜ ਲਈਏ ਨਾ ਲਈਏ ਨੌਕਰੀ, ਪਹਿਲੇ ਕਰੋ FIR। ਮੇਰੀ ਸੁਣ ਲਓ, ਅਸੀਂ ਦਬਾਅ ਬਣਾਉਣ ਵਾਸਤੇ ਅਤੇ ਪ੍ਰਤਾਪ ਸਿੰਘ ਬਾਜਵਾ ਇੱਥੇ ਆਇਆ, ਲੀਡਰ ਆਫ ਦੀ ਓਪੋਜੀਸ਼ਨ ਜੇ ਆਇਆ, ਦਬਾਅ ਬਣਾਉਣ ਵਾਸਤੇ ਹੀ ਆਇਆ। ਭਗਵੰਤ ਮਾਨ ਜੀ, ਪੰਜਾਬ ਦੇ ਲੋਕਾਂ ਨਾਲ ਖਲੋਣਾ ਪੈਣਾ, FIR ਦਰਜ ਕਰੋ, ਮੈਨੂੰ ਦੱਸੋ, ਮੈਂ ਤੁਹਾਨੂੰ ਬਹਿਬਲ ਕਰਾਂ ਦਾ ਅਤੇ ਉਹਦਾ ਆਲਰੇਡੀ ਕਹਿ ਦੱਸਿਆ ਹੀ ਹੈ ਸਾਰਾ ਮਸਲਾ, ਕਿ ਜੇ ਉਦੋਂ ਹੋਇਆ ਤਾਂ ਇਸੇ ਤਰ੍ਹਾਂ FIR ਤੁਸੀਂ ਦਰਜ ਕਰੋ। FIR ਦਰਜ ਕਰੋਗੇ ਤੇ ਸੈਂਟਰ ਨਾਲ ਸੁਲਾ ਫਿਰ ਇਹਨਾਂ ਦੀ ਚੱਲ ਨਹੀਂ ਸਕੇ। ਦੇਖੋ ਇੱਕ ਮੇਰੀ ਗੱਲ ਮੋਟੇ ਤੌਰ ਸਮਝ ਲਓ, ਇਲੈਕਸ਼ਨਾਂ ਆਉਣ ਵਾਲੀਆਂ ਨੇ, ਆਹ ਜਿਹੜੀ ਤੁਸੀਂ ਗੱਲਾਂ ਕਰਦੇ ਹੋ MSP ਦੀਆਂ ਜਾਂ ਕੇਸ ਵਾਪਸ ਲੈਣ ਦੀਆਂ ਜਾਂ ਫਾਈਨੈਂਸ਼ਲੀ ਕੰਪਨਸੇਟ ਕਰਨ ਦੀਆਂ, ਇਹ ਤਾਂ 35-40 ਮੀਟਿੰਗਸ ਜਦੋਂ 3 ਕਾਲੇ ਕਾਨੂੰਨ ਵਾਪਸ ਲਏ ਨੇ SKM ਦੇ ਨਾਲ, ਸਾਰੀ ਸੈਂਟਰਲ ਗਵਰਨਮੈਂਟ ਦੀ ਹੋ ਚੁੱਕੀ ਹੈ ਅਤੇ ਉਹਨਾਂ ਦੇ ਪੋਟਿਆਂ 'ਤੇ ਹੈ, ਇਹ ਕਿਹੜੀ ਕੋਈ ਨਵੀਂ ਗੱਲ ਹੈ? ਸੈਂਟਰ ਤੋਂ ਕੋਈ ਆਸ ਉਮੀਦ ਨਾ ਰੱਖੋ। ਵੇਖੋ ਮੋਟੀ ਗੱਲ ਸਮਝ ਲਓ, ਜਾਂ ਕਾਰਪੋਰੇਟ ਵਰਲਡ ਦਾ ਫਾਇਦਾ ਹੋ ਸਕਦਾ ਜਾਂ ਕਿਸਾਨੀ ਦਾ ਹੋ ਸਕਦਾ। ਦੁਨੀਆ ਭਰ ਦੇ ਵਿੱਚ ਜਿਹੜਾ ਕਿਸਾਨੀ ਨਾਲ ਖਲੋ ਗਿਆ ਉਹ ਕਾਰਪੋਰੇਟ ਵਰਲਡ ਨਾਲ ਨਹੀਂ ਖਲੋ ਸਕਦਾ, ਜਿਹੜਾ ਕਾਰਪੋਰੇਟ ਵਰਲਡ ਨਾਲ ਖਲੋ ਗਿਆ ਉਹ ਫਿਰ ਕਿਸਾਨੀ ਦਾ ਨਹੀਂ ਖਲੋ ਸਕਦਾ। ਜਿਹੜਾ ਕੈਪਟਨ ਅਮਰਿੰਦਰ ਸਿੰਘ ਮਿਲ ਕੇ ਆਏ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ? ਦੇਖੋ ਬੇਨਤੀ ਕੈਪਟਨ ਸਾਹਿਬ ਦੀ ਤੇ ਵੇਖੋ ਬਦਕਿਸਮਤੀ ਦੀ ਗੱਲ ਹੈ, ਪੰਜਾਬ ਸੁੱਕਣੇ ਪਿਆ, ਪੰਜਾਬ ਦੇ ਕਿਸਾਨੀ ਜਿਹੜੀ ਹੈ ਉਹਨਾਂ ਨੂੰ, ਸਾਡੇ ਨੌਜਵਾਨ ਬੱਚੇ ਹਸਪਤਾਲਾਂ 'ਚ ਪਏ ਨੇ, ਕੈਪਟਨ ਸਾਹਿਬ ਆਪਣੀ ਘਰ ਦੀ ਨੂੰ ਪਾਰਲੀਮੈਂਟ ਦੀ ਸੀਟ ਜਿਤਾਉਣ ਵਾਸਤੇ ਹੁਣ ਇਸ ਅਲਾਇੰਸ ਦੇ ਚੱਕਰ 'ਚ ਪਏ ਨੇ। ਵੇਖੋ ਤੁਸੀਂ
ਕਪਤਾਨ ਸਾਹਿਬ ਤੋਂ ਮੈਂ ਆਸ ਕਰੂੰਗਾ, ਕਪਤਾਨ ਸਾਹਿਬ ਪੰਜਾਬ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ, ਤੁਹਾਨੂੰ ਇੱਜ਼ਤ ਦਿੱਤਾ, ਸਨਮਾਨ ਦਿੱਤਾ, ਪੰਜਾਬ ਦੀ ਕਿਸਾਨੀ ਨਾਲ ਖਲਵੋ, ਭਾਜਪਾ ਦਾ ਖਹਿੜਾ ਛੱਡੋ, ਪੰਜਾਬ ਦੇ ਲੋਕਾਂ ਨਾਲ ਕਿਹਦੇ ਜੀ, ਅਸੀਂ ਕਿਤੇ ਨਹੀਂ ਜਾਵਾਂਗੇ, ਅਸੀਂ ਪੰਜਾਬ ਦੇ ਵਿੱਚ ਵੇਖੋ, ਪਹਿਲੇ ਉੱਥੋਂ ਹੀ ਤੁਹਾਨੂੰ ਮੈਂ ਦੱਸਿਆ ਸੀ ਸਾਡੀ ਕਲੀਅਰ ਕੱਟ, ਅੱਜ ਤੋਂ 6 ਮਹੀਨੇ ਪਹਿਲੇ ਸੀ, ਸਾਡਾ ਕੋਈ ਆਪ ਨਾਲ ਪੰਜਾਬ 'ਚ ਲੈਣ ਦੇਣ ਦੀ, ਫਿਰ ਇੱਕ ਦੂਜੇ ਨਾਲ ਤੁਹਾਨੂੰ ਬਿਆਨ ਵੀ ਦੇਣੇ ਪੈਣਗੇ, ਤੇ ਰੋਜ਼ ਦੇ ਰਹੇ, ਕਿਤੇ ਹੋਰ, ਇੱਥੇ ਮੈਂ ਇਹਦੇ ਆਪ ਦੇ ਖਿਲਾਫ ਹੀ ਆਇਆ, ਇਹਨਾਂ ਦੇ ਆ ਕੇ ਥੋੜ੍ਹਾ ਆਇਆ, ਹਰਿਆਣਾ ਦੀ ਲਿਸਟ 'ਚ ਨਾਮ ਆ ਗਿਆ ਵੀ ਪ੍ਰਚਾਰ ਕਰਨ ਜਾਣਾ, ਮੈਂ ਬਿਲਕੁਲ ਨਹੀਂ ਜਾਊ ਭਾਈ ਸਾਹਿਬ, ਕੋਈ ਨਹੀਂ ਕੋਈ ਜਾਣਾ ਨਾ, ਮੈਨੂੰ ਇਹ, ਮੈਂ ਆਪਣੀ ਜੋ ਆਪਣਾ ਹਰ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਹੁੰਦੀ, ਤੇ ਮੈਨੂੰ ਪੁੱਛਿਆ ਮੈਂ ਜਵਾਬ ਦਿੱਤਾ, ਹੁਣ ਬਾਕੀ ਸਮਾਨ ਚੁੱਕਣ ਨੂੰ ਤਿਆਰ ਨੇ ਕਿ ਛੱਡਣ ਨੂੰ ਤਿਆਰ ਹੋ ਤੇ ਉਹੀ ਦੱਸ, ਮੈਂ ਨਹੀਂ ਜਾਊਂਗਾ ਭਾਈ ਸਾਹਿਬ, ਲੱਗਦਾ ਕਿ ਜਿਸ ਤਰ੍ਹਾਂ ਗੱਠਜੋੜ ਦਾ ਜਵਾਬ ਦਿੱਤਾ ਗਿਆ ਇੰਡੀਪੈਂਡੈਂਟ, ਬਾਕੀ ਪਾਸੇ ਸ਼ੇਅਰਿੰਗ ਹੋ ਗਈ ਹੈ, ਪੰਜਾਬ ਤੋਂ ਤਾਂ ਜਵਾਬ ਹੀ ਹੈ, ਲੱਗਦਾ ਕਿ ਕਾਂਗਰਸ ਸਰਵਾਈਵ ਕਰੇਗੀ ਪੰਜਾਬ ਦੇ ਵਿੱਚ, ਕਾਂਗਰਸ ਸਰਵਾਈਵ ਹੀ ਨਹੀਂ ਕਰੇਗੀ, ਚੜ੍ਹਦੀ ਕਲਾ ਚੜ੍ਹੇਗੀ, ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ, ਕਿਸਾਨਾਂ ਦੀ ਅਪਾਰ ਕਿਰਪਾ ਨਾਲ, ਪੰਜਾਬ ਦੇ ਲੋਕਾਂ ਦੀ ਅਪਾਰ ਕਿਰਪਾ ਨਾਲ, ਡਟ ਕੇ ਪੰਜਾਬ ਨਾਲ ਖਲੋਤੇ ਹਾਂ, ਪੰਜਾਬ ਦੀ ਕਿਸਾਨੀ ਨਾਲ ਖਲੋਤੇ ਹਾਂ, ਆਪਣੇ ਆਪ ਹੀ ਲੋਕ ਸਾਡੇ ਨਾਲ ਚੱਲਣਗੇ, ਉਹਨਾਂ ਨੂੰ ਪਤਾ ਕਿ ਕਿਹੜੀ ਪਾਰਟੀ ਦਮ ਰੱਖ ਕੇ ਸੈਂਟਰ ਨਾਲ ਕੰਪਰੋਮਾਈਜ਼ ਨਹੀਂ ਕਰੇਗਾ। ਪੰਜਾਬ ਦੇ ਇੱਕ ਮੰਤਰੀ ਸੀ, ਕਹਿੰਦੇ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦਾਂਗੇ। ਵੇਖੋ ਜਿਹੜਾ ਬਜਟ ਸੈਸ਼ਨ, ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ, 2 ਦਿਨ ਪਹਿਲੇ ਆਨਰੇਬਲ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੂੰ ਮੈਂ ਮਿਲ ਕੇ ਆਇਆ, ਮੈਂ ਚਿੱਠੀ ਦੇ ਕੇ ਆਇਆ, ਸੰਧਵਾ ਸਾਹਿਬ ਇਲੈਕਸ਼ਨਾਂ ਤੋਂ ਪਹਿਲੇ ਕੇਜਰੀਵਾਲ ਸਾਹਿਬ ਨੇ, ਫਿਰ ਭਗਵੰਤ ਮਾਨ ਜੀ ਨੇ, ਫਿਰ ਸਾਡੀ ਭੈਣ ਅਨਮੋਲ ਗਗਨ ਮਾਨ ਨੇ ਗੱਲ ਕਹੀ ਸੀ, ਜਿੱਦਣ ਸੈਂਟਰ ਭੱਜ ਗਿਆ 22 ਫਸਲਾਂ 'ਤੇ MSP ਅਸੀਂ ਦੇਵਾਂਗੇ, ਹੁਣ ਟਾਈਮ ਆਇਆ, ਮੈਂ ਆਖਿਆ ਆ ਜਿਹੜਾ ਹੁਣ ਸੈਸ਼ਨ ਆਉਣ ਲੱਗਾ, ਤੁਸੀਂ ਇਸ ਨੂੰ ਲੀਗਲਾਈਜ਼ ਕਰੋ, ਹੁਣ ਜੇ ਸੈਂਟਰ ਨਾ ਵੀ ਚੁੱਕੇ, ਇਹ ਸਾਰੀਆਂ ਫਸਲਾਂ MSP ਦੇ ਰੇਟ 'ਤੇ ਪੰਜਾਬ ਦੀ ਸਰਕਾਰ ਚੁੱਕੇਗੀ। ਇੱਕ ਮਿੰਟ 2 ਮਿੰਟ ਮੇਰੇ ਵੱਲ ਧਿਆਨ, ਅਸੀਂ ਪਿਛਲੀ ਜਦੋਂ ਕਾਂਗਰਸ ਦੀ ਗਵਰਨਮੈਂਟ ਸੀ ਮੋਦੀ ਦੇ ਖਿਲਾਫ, ਇੱਕ ਬਿੱਲ ਲੈ ਕੇ ਆਏ ਸੀ ਕਿ ਸਿਵਲ ਪ੍ਰੋਸੀਜਰ ਕੋਡ ਜਿਹੜਾ ਹੈ ਹਿੰਦੁਸਤਾਨ ਦਾ, ਉਹਦੇ ਵਿੱਚ ਤਰਮੀਮ ਅਸੀਂ ਕਹੀ ਸੀ ਕਰੋ, ਜਿਹਦੇ ਨਾਲ ਕੋਈ ਵੀ ਵਪਾਰੀ ਫਸਲ MSP ਤੋਂ ਥੱਲੇ ਖਰੀਦੇਗਾ ਉਹਨੂੰ 3 ਸਾਲ ਦੀ ਕੈਦ ਹੋਈ। ਆਨਰੇਬਲ ਗਵਰਨਰ ਨੇ, VP ਬਦਨੌਰ ਸਾਹਿਬ ਨੇ ਉਹ ਫਾਈਲ ਰਾਸ਼ਟਰਪਤੀ ਕੋਲ ਘੱਲੀ, ਮਾਨ ਸਾਹਿਬ ਨੂੰ ਮੈਂ ਉਹ ਵੀ ਕਹੂੰਗਾ ਉਹ ਵੀ ਫਾਈਲ ਵਾਪਸ ਮੰਗਾਓ, ਕਾਨੂੰਨ ਪੰਜਾਬ ਦੇ ਵਿੱਚ ਇੱਕ ਤੇ ਲੈ ਕੇ ਆਓ ਕਿ ਅਸੀਂ MSP ਤੇ ਸਾਰੀਆਂ ਫਸਲਾਂ ਬਾਈ ਖਰੀਦਾਂਗੇ, ਕਿਉਂਕਿ ਤੁਸੀਂ ਸਾਰੇ ਸੁਣ ਚੁੱਕੇ ਹੋ ਮਾਨ ਸਾਹਿਬ ਨੂੰ, ਕੇਜਰੀਵਾਲ ਨੂੰ ਵੀ ਤੇ ਅਨਮੋਲ ਗਗਨ ਨੂੰ। ਦੂਸਰੀ ਗੱਲ ਹੈ, ਜਿਹੜਾ ਫਸਲ ਇਸ ਤੋਂ ਘੱਟ ਖਰੀਦੇਗਾ ਉਹਨੂੰ 3 ਸਾਲ ਦੀ ਅਸੀਂ ਕੈਦ ਕਰਾਂਗੇ, ਉਹ ਫਾਈਲ ਰਾਸ਼ਟਰਪਤੀ ਕੋਲ ਪਈ ਹੈ, ਵਾਪਸ ਮੰਗਾਓ ਤੇ ਪੰਜਾਬ ਦੇ ਲੋਕਾਂ ਨਾਲ ਖੜੇ ਹੋ। ਬਾਜਵਾ ਸਾਹਿਬ, ਇੱਕ ਚੀਜ਼ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਪਹਿਲਾਂ ਪੋਸਟਮਾਰਟਮ ਹੋ ਜਾਂਦੋ, ਫਿਰ ਚਰਚਾ ਕਰਾਂਗੇ। ਬਿਲਕੁਲ ਗਲਤ ਹੈ, ਪਹਿਲੇ FIR ਹੋਏਗੀ ਫਿਰ ਪੋਸਟਮਾਰਟਮ, ਟੈਕਨੀਕਲੀ ਗਲਤ ਹੈ ਇਹ, ਬਕਾਇਦਾ ਤੌਰ ਦੇਰ ਇਜ਼ ਨੋ ਬਾਈਂਡਿੰਗ, ਹੈ ਕਾਨੂੰਨੀ ਤੌਰ 'ਤੇ ਮੈਂ ਦੱਸ ਰਿਹਾ, 0 FIR ਪਹਿਲੇ ਹੁੰਦੀ। ਤੁਸੀਂ ਮੈਨੂੰ ਦੱਸੋ ਜਿੱਥੇ ਵੀ ਕ੍ਰਾਈਮ ਹੁੰਦਾ ਪਹਿਲੇ FIR ਹੁੰਦੀ ਹੈ, ਪੋਸਟਮਾਰਟਮ ਬਾਅਦ 'ਚ ਹੁੰਦਾ, ਕਦੀ ਪੋਸਟਮਾਰਟਮ ਪਹਿਲੇ ਕਰਕੇ ਮਗਰੋਂ FIR ਦਰਜ ਕਰਦੇ ਸੁਣੇ? ਹੋ ਸਕਦਾ 174 ਦੀ ਕਾਰਵਾਈ ਕਰਕੇ ਕਰਦੇ ਹਨ। ਖਸ਼ਾ ਜਤਾਇਆ ਜੀ ਕਿ ਪੰਜਾਬ ਸਰਕਾਰ ਪ੍ਰੈਸ਼ਰ ਬਣਾਉਣ ਦਾ ਕੰਮ ਕਰ ਰਹੀ ਹੈ, ਨੁਮਾਇੰਦੇ ਭੇਜ ਰਹੀ ਹੈਗੀ ਹੈ। ਕੱਲ੍ਹ ਇੱਕ ਮਾਂ ਦਾ ਬਿਆਨ ਵੀ ਸਾਹਮਣੇ ਆ ਗਿਆ, ਉਹ ਕਹਿੰਦੇ ਮੈਂ ਜਿਹੜੀ ਆਪਣੇ ਬੇਟੇ ਦਾ ਚਾਹੁੰਦੀ ਕਿ ਸੰਸਕਾਰ ਕਰ ਦਿੱਤਾ ਜਾਵੇ। ਦੇਖੋ ਮੇਰੀ ਬੇਨਤੀ ਸੁਣ ਲਓ, ਜਦੋਂ ਵੀ ਪੰਜਾਬ 'ਚ ਇਸ ਕਿਸਮ ਦਾ ਮੌਕਾ ਆਇਆ, ਇਹਨਾਂ ਨੇ 2-3 ਪੱਕੇ ਅਫਸਰ ਪੰਜਾਬ ਪੁਲਿਸ ਨੇ ਛੱਡੇ ਨੇ, ਜਿਹਦੇ ਵਿੱਚ ਇੱਕ ਜਸਕਰਨ ਸਿੰਘ ਨਾਂ ਦਾ ADGP ਹੈ, ਉਹ ਮੂਸੇਵਾਲੇ ਸਾਹਿਬ ਦੇ ਵੀ ਜਦੋਂ ਪਹਿਲੀ ਵਾਰ ਇਹ ਹੋਇਆ, ਇਹੀ ਬੰਦੇ ਸਨ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਉਹਨਾਂ ਦੀ ਲਾਸ਼ ਨੂੰ ਨਾ ਬਾਹਰ ਰੱਖੋ, ਸੰਸਕਾਰ ਇਮੀਡੀਏਟਲੀ ਕਰਾਓ, ਅਸੀਂ ਕਾਤਲ ਫੜਾਂਗੇ, ਅਸੀਂ ਵੈਪਨ ਰਿਕਵਰ ਕਰਾਂਗੇ ਜਿਨ੍ਹਾਂ ਨੇ ਕਤਲ ਕਰ। ਹੁਣ ਇਹ ਹੈ ਕਿ ਤੁਸੀਂ, ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚ
ਇਸ ਕਿਸਮ ਦੀਆਂ ਕਿਸਾਨਾਂ ਦੀਆਂ ਮੂਵਮੈਂਟਸ ਵਿਸ਼ੇਸ਼ ਤੌਰ ਤੇ ਯੂਰਪ ਵਿੱਚ ਚੱਲ ਰਹੀ। ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਜਿਹੜੇ ਨੇ ਉਹਨਾਂ ਨੇ ਫਰਾਂਸ ਦੇ ਵਿੱਚ ਬੈਠੇ ਹੋਏ ਕਿਸਾਨਾਂ ਨੂੰ ਬਕਾਇਦਾ ਤੌਰ ਖੁਦ ਆ ਕੇ ਮਿਲੇ। ਫਰਾਂਸ 'ਚ ਚੱਲ ਰਹੀ, ਜਰਮਨੀ ਚੱਲ ਰਹੀ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਚੱਲ ਰਹੀ। ਇਹ ਬੜੀ ਵੱਡੀ ਬਦਕਿਸਮਤੀ ਦੀ ਗੱਲ ਹੈ ਕਿ ਜੇ ਕਿਸਾਨ ਵੀਰ ਆਪਣੀ ਗੱਲ ਹਿੰਦੁਸਤਾਨ ਦੀ ਸਰਕਾਰ ਨਾਲ ਕਰਨ ਤਾਂ ਕਿੱਥੇ ਕਰਨ, ਅਸੀਂ ਆਪਣੇ ਦੇਸ਼ ਦੇ ਕੈਪੀਟਲ 'ਚ ਕਰਨੀ। ਤੁਸੀਂ ਜੋ ਹਰਿਆਣੇ ਦੀ ਸਰਕਾਰ ਨੇ ਰਸਤਾ ਅਖਤਿਆਰ ਕੀਤਾ, ਸਾਡਾ ਸ਼ੰਭੂ ਦਾ ਬਾਰਡਰ ਤੇ ਖਨੌਰੀ ਦਾ ਬਾਰਡਰ ਜਿਸ ਢੰਗ ਨਾਲ ਕਿੱਲਾਂ ਨਾਲ ਬਕਾਇਦਾ ਤੌਰ ਉੱਥੇ ਕਿੱਲਾਂ ਦਾ ਇਹੋ ਜਿਹਾ ਪ੍ਰਬੰਧ ਕੀਤਾ ਜਿਹੜਾ ਚੀਨ ਦੇ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਹੈ, ਉਹਨਾਂ ਦੇ ਟਰੂਪਸ ਨੂੰ ਰੋਕਣ ਦਾ ਪ੍ਰਬੰਧ ਹੈ ਨਹੀਂ, ਪੰਜਾਬ ਦੀ ਕਿਸਾਨੀ ਨੂੰ ਰੋਕਣ ਵਾਸਤੇ। ਫਿਰ ਬਕਾਇਦਾ ਤੌਰ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਅਸੀਂ ਕਹਿਣਾ ਚਾਹੁੰਦੇ, ਅਮਨ ਤੇ ਸ਼ਾਂਤੀ ਨਾਲ ਸਾਡੇ ਕਿਸਾਨ ਭਰਾ ਬੈਠੇ ਸੀ, ਕੋਈ ਵੀ ਹਰਿਆਣੇ ਦੇ ਬਾਰਡਰ ਨੂੰ ਕ੍ਰੋਸ ਨਹੀਂ ਸੀ। ਇਹ ਜੋ ਕੁਝ ਵੀ ਚੰਦ ਦਿਨ ਪਹਿਲੇ ਹਰਿਆਣੇ ਦੀ ਸਰਕਾਰ ਨੇ ਕੀਤਾ ਉਹਦੀ ਸਖਤ ਨਿਖੇਧੀ ਅਸੀਂ ਕਰਨੇ ਆ, ਕਿਉਂਕਿ ਇਹ ਦੇਸ਼ ਦੀ ਪਹਿਚਾਣ ਮਹਾਤਮਾ ਬੁੱਧ ਦੇ ਨਾਲ, ਇਸ ਦੇਸ਼ ਦੀ ਪਹਿਚਾਣ ਮਹਾਤਮਾ ਗਾਂਧੀ ਨਾਲ। ਹਿੰਦੁਸਤਾਨ ਨੂੰ ਦੁਨੀਆ ਦੀ ਸਾਰਿਆਂ ਨੂੰ ਵੱਡੀ ਡੈਮੋਕਰੇਸੀ ਕਿਹਾ ਜਾਂਦਾ, ਲੋਕਤੰਤਰ ਕਿਹਾ ਜਾਂਦਾ, ਉਹ ਤੁਸੀਂ ਇਹੋ ਜਿਹਾ ਕੰਮ ਤੇ ਕਦੀ ਤਾਲਿਬਾਨੀਆਂ ਨੇ ਆਪਣੇ ਲੋਕਾਂ ਨਾਲ ਨਹੀਂ ਕੀਤਾ ਜੋ ਹਰਿਆਣੇ ਦੀ ਸਰਕਾਰ ਨੇ ਪੰਜਾਬ ਦੀ ਕਿਸਾਨੀ ਨਾਲ ਕੀਤਾ। ਹੁਣ ਉੱਤੇ ਮੈਂ ਹੌਸਪੀਟਲ 'ਚ ਹੋ ਕੇ ਆਇਆ, ਤਕਰੀਬਨ ਜਿਹੜਾ 250-300 ਸਾਡਾ ਕਿਸਾਨ ਫੱਟੜ ਪਿਆ, ਉਹਦੇ ਵਿੱਚ ਜ਼ਿਆਦਾ ਦੁਨਾਲੀ ਦੀਆਂ ਜਿਹੜੇ ਸ਼ਰਲਿਆਂ ਵਾਲੇ ਕਾਰਤੂਸ ਹੁੰਦੇ, ਮੈਂ ਉਹ ਜਟਕੀ ਬੋਲੀ ਦੱਸਣ ਲੱਗਾ, ਸ਼ਰਲਿਆਂ ਵਾਲੇ ਕਾਰਤੂਸ ਵਰਤੇ ਗਏ। ਉਹਦਾ ਕਾਰਨ ਇਹ ਸੀ, ਸੋਚੇ ਪਹਿਲੀ ਗੱਲ ਤਾਂ ਵੇਖੋ, ਇਹ ਹਿੰਦੁਸਤਾਨ ਦੀ ਆਰਮੀ ਕੋ ਵੈਪਨ ਨਹੀਂ, ਇਹ ਹਿੰਦੁਸਤਾਨ ਦੀ ਪੁਲਿਸ ਕੋ ਵੈਪਨ ਨਹੀਂ ਦੁਨਾਲੀ, ਇਹ ਪੈਰਾਮਿਲਟਰੀ ਫੋਰਸਿਸ ਕੋ ਹੈ। ਪਹਿਲੀ ਗੱਲ ਤਾਂ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਇੰਨੀਆਂ ਦੁਨਾਲੀਆਂ ਕਿੱਥੋਂ ਆਈਆਂ। ਫਿਰ ਹਰਿਆਣੇ ਪੁਲਿਸ ਦੇ ਨਾਲ ਚਿੱਟੇ ਕੱਪੜਿਆਂ ਦੇ ਵਿੱਚ, ਸਿਵਲੀਅਨ ਕੱਪੜਿਆਂ 'ਚ ਇੰਨੇ ਲੋਕ ਕਿਸ ਤਰ੍ਹਾਂ ਆਏ, ਜਿੰਨੇ ਵੀ ਸਾਡੇ ਵੀਰ ਫੱਟੜ ਹੋਏ ਨੇ ਸਾਰੀ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ। ਸਾਰੇ ਪੰਜਾਬ ਦੇ ਏਰੀਏ ਦੇ ਵਿੱਚ ਤਕਰੀਬਨ 500-400 ਗਜ਼ ਅੰਦਰ ਵੜ ਕੇ ਪਹਿਲੇ ਟੀਅਰ ਗੈਸ ਦੇ ਸ਼ੈਲ ਮਾਰੇ ਗਏ ਨੇ, ਉਹਨਾਂ ਨੂੰ ਪਿੱਛੇ ਕਰਕੇ ਜਿਹੜੇ ਬਕਾਇਆ ਕਾਬੂ ਆ ਗਏ ਉਹਨਾਂ ਦੇ ਟਰੈਕਟਰ ਭੰਨ ਦਿੱਤੇ ਗਏ, ਟਾਇਰ ਭੰਨ ਦਿੱਤੇ, ਉਹਨਾਂ ਦਾ ਨੁਕਸਾਨ ਕੀਤਾ ਗਿਆ। 4-5 ਸਾਡੇ ਲੋਕਾਂ ਨੂੰ, ਕਿਸਾਨ ਭਰਾਵਾਂ ਨੂੰ ਤੇ ਬੋਰੀਆਂ ਵਿੱਚ ਬੰਨ ਕੇ ਚੁੱਕ ਕੇ ਲੈ ਗਏ, ਜਿਨ੍ਹਾਂ 'ਚੋਂ ਇੱਕ ਸਾਡਾ ਭਰਾ ਜਿਹੜਾ ਰੋਹਤਕ ਦੇ PGI 'ਚੋਂ, ਤੁਹਾਨੂੰ ਪਤਾ ਹਾਈਕੋਰਟ ਦੀ ਆਨਰੇਬਲ ਹਾਈਕੋਰਟ ਦੀ ਇੰਟਰਵੈਂਸ਼ਨ ਤੋਂ ਬਾਅਦ PGI ਚੰਡੀਗੜ੍ਹ ਲੈ ਕੇ ਆਉਂਦਾ, ਲੱਤਾਂ ਤੋੜ ਦਿੱਤੀਆਂ ਗਈਆਂ, ਜਬਾੜੇ ਤੋੜ ਦਿੱਤੇ ਗਏ, ਬਾਹਾਂ ਤੋੜ ਦਿੱਤੀਆਂ। ਹੁਣ ਜਿੱਥੇ ਅਸੀਂ ਜਾਏ ਹਾਂ ਸਾਰੇ ਨੌਜਵਾਨ ਵੀਰਾਂ ਦੇ ਗੋਲੀਆਂ ਦੇ ਪੈਲੇਟ ਵੱਜੇ, ਉਹਦਾ ਮਤਲਬ ਇਹ ਸੀ ਸੋਚੀ ਸਮਝੀ ਸਾਜਿਸ਼ ਦੇ ਨਾਲ ਇਹ ਪੈਲੇਟ ਤਾਂ ਮਾਰੇ ਕਿ ਇਹਦਾ ਧਮਾਕਾ ਜ਼ਿਆਦਾ ਹੁੰਦਾ, ਡਰ ਅਤੇ ਖੌਫ ਜ਼ਿਆਦਾ ਹੋਏਗਾ। ਲੀਥਲ ਇਹਨਾਂ ਨੇ ਉਹ ਜਿਹੜੇ ਵੱਡੇ ਕਾਰਤੂਸ ਨੇ LG ਉਹ ਨਹੀਂ ਭਰੇ, ਜਿਹੜੇ ਛੋਟੇ ਸੀ ਉਹ ਤਾਂ ਭਰੇ ਨੇ ਕਿ ਇਹਦੇ ਏਸ ਦੇ ਨਾਲ ਫਟਣ ਵੀ ਜ਼ਿਆਦਾ ਹੋਣਗੇ, ਭੱਜਣ ਵੀ ਜ਼ਿਆਦਾ। ਇਹਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ। ਜਿਹੜਾ ਸ਼ੁਭ ਕਰਨ ਸਿੰਘ ਲੜਕਾ ਸਾਡਾ ਬਠਿੰਡੇ ਮਾਨਸੇ ਹਲਕੇ ਦੀ ਜਿਹਦੀ ਡੈਥ ਹੋਈ, ਅਸੀਂ ਡਿਮਾਂਡ ਕਰਾਂਗੇ ਭਗਵੰਤ ਮਾਨ, ਭਗਵੰਤ ਮਾਨ ਜੀ ਮੇਰੀ ਗੱਲ ਚੰਗੀ ਤਰ੍ਹਾਂ ਸੁਣ ਲਓ, ਬਰਗਾੜੀ ਤੇ ਬਹਿਬਲ ਕਲਾਂ 'ਚ ਵੀ ਮੌਕੇ ਤੇ ਆ ਕੇ ਸਾ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੇ ਫਾਇਰ ਨਹੀਂ ਸੀ ਕੀਤੇ, ਇਹਨਾਂ ਨੂੰ ਉੱਤੋਂ ਹੁਕਮ ਆਏ ਤੁਹਾਡੀ ਪੁਲਿਸ ਨੇ ਫਾਇਰ ਕੀਤੇ ਤਾਂ ਉਹਨਾਂ ਨੂੰ ਵਿੱਚ ਪਾਇਆ ਗਿਆ। ਇਹ ਵੀ ਜਿਹੜੀ ਫਾਇਰਿੰਗ ਹੋਈ ਹੈ ਇਹ ਬਕਾਇਦਾ ਤੌਰ ਸਾਰੇ ਪੰਜਾਬ ਦਾ ਮੰਨਣਾ ਹੈ, ਅਨਿਲ ਵਿਜ ਜਿਹੜਾ ਹੋਮ ਮਿਨਿਸਟਰ ਹੈ ਹਰਿਆਣੇ ਦਾ, ਇਹ ਉਹਦੀ ਡਾਇਰੈਕਸ਼ਨ 'ਤੇ ਕੀਤੀ ਗਈ। ਕੋਈ ਵੀ
ਐਸਪੀ ਜਾਂ ਕੋਈ ਵੀ ਡੀਸੀ ਆਪਣੇ ਲੈਵਲ ਤੇ ਏਡੀ ਵੱਡੀ ਕਾਰਵਾਈ ਨਹੀਂ ਕਰ ਸਕਦੇ। ਅਸੀਂ ਮੰਗ ਰਹੇ ਹਾਂ ਕਿ ਪਹਿਲੇ FIR ਚ ਸਿੱਧੇ ਤੌਰ ਅਨਿਲ ਵਿਜ ਦਾ ਨਾਂ ਦਿੱਤਾ ਜਾਏ, 300 ਸਾਡਾ ਜਿਹੜਾ ਕਿਸਾਨ ਭਰਾ ਬੈਠਾ ਉਹਨਾਂ ਦੀ ਇੰਡੀਵਿਜੂਅਲ FIR-ਾਂ ਕੱਟੀਆਂ ਜਾਣ, ਉਹਨਾਂ ਦੇ ਕੇਸਿਸ ਰਜਿਸਟਰ ਕੀਤੇ ਜਾਣ। ਇੱਕ ਹੋਰ ਮੈਂ ਤੁਹਾਨੂੰ ਉਹਦੇ ਸ਼ੁਭ ਕਰਨ ਸਿੰਘ ਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਆਨਰੇਬਲ ਸੁਪਰੀਮ ਕੋਰਟ ਦੀ ਬਕਾਇਦਾ ਤੌਰ ਰੂਲਿੰਗ ਹੈ ਕਿ ਟੈਰੀਟੋਰੀਅਲ ਡਿਸਪਿਊਟ 'ਚ ਪੈਣ ਦੀ ਲੋੜ ਨਹੀਂ। ਹਰਿਆਣਾ ਕਹਿੰਦਾ ਸਾਡੇ ਏਰੀਏ ਵਿੱਚ ਹੈ, ਪੰਜਾਬ ਵਿੱਚ ਹੀ ਸੀ, ਬਟ ਇਹਦੇ ਡਿਸਪਿਊਟ 'ਚ ਪੈਣ ਦੀ ਲੋੜ ਨਹੀਂ। ਉਹਨੇ ਕਿਹਾ 0 FIR ਪਹਿਲੇ ਕੱਟੋ, ਇਹ FIR ਕੱਟੀ ਜਾਏ ਪੋਸਟਮਾਰਟਮ। ਅੱਜ ਵੀ ਵੇਖੋ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਭਗਵੰਤ ਮਾਨ ਜੀ ਅੰਡਰ ਪ੍ਰੈਸ਼ਰ, ਹੋਮ ਮਿਨਿਸਟਰ ਅੰਡਰ ਪ੍ਰੈਸ਼ਰ, ਇਹਨਾਂ ਦੇ ਡਾਕਟਰ ਅੰਡਰ ਪ੍ਰੈਸ਼ਰ ਨੇ। ਅਜੇ ਸਾਰਿਆਂ ਦੀ ਜਿਸਮ ਦੇ ਵਿੱਚ ਜਿਹੜੇ ਸ਼ਰਲੇ ਨੇ ਉਹਨਾਂ ਦੇ ਜਿਸਮ 'ਚ ਪਏ ਨੇ, ਕੋਈ ਬਾਹਰ ਕੱਢਿਆ ਨਹੀਂ ਗਿਆ। ਬਕਾਇਦਾ ਤੌਰ ਉਹਨਾਂ ਦਾ ਜਿਹੜੇ ਉਹਨਾਂ ਦੇ ਹੋਏ ਨੇ ਐਕਸਰੇਜ਼ ਹੋਏ ਨੇ, ਉਹਨਾਂ ਵਿੱਚ ਪੈਲਟ ਸ਼ੋ ਰਹੇ ਨੇ। ਕਿਉਂ ਨਹੀਂ ਕੱਢੇ ਜਾ ਰਹੇ? ਕਿਉਂਕਿ ਜੋ ਬਾਹਰ ਕੱਢੇ ਜਾਣਗੇ 307 ਦਾ ਕੇਸ ਰਜਿਸਟਰ ਕਰਨਾ ਪੈਣਾ। ਇਹ ਹੁਣ ਭਗਵੰਤ ਮਾਨ ਜੀ, ਕਿੰਨਾ ਚਿਰ ਤੁਸੀਂ ਪੰਜਾਬ ਦੇ ਲੋਕਾਂ ਕੋਲ ਭਜੋਗੇ? ਕਿੰਨਾ ਚਿਰ ਤੁਸੀਂ ਸੈਂਟਰ ਦੀ ਵਿਚੋਲਗੀ ਕਰੋਗੇ? ਬਾਹਰ ਨਿਕਲੋ। ਵੇਖੋ ਮੈਂ ਇੱਥੇ ਵੇਖੋ, ਇਸ ਟਾਈਮ ਅਸੀਂ ਕਿਸਾਨਾਂ ਦੇ ਮਸਲੇ 'ਚ ਆਏ ਹਾਂ। ਮੈਂ ਸਿੱਧੇ ਤੌਰ ਕੋਈ ਇਹੋ ਜਿਹਾ ਇਲਜ਼ਾਮ ਲਗਾਉਣਾ ਨਹੀਂ ਚਾਹੁੰਦਾ। ਅੱਛਾ, ਇੱਕ ਮਿੰਟ, ਮੈਂ ਇਹੀ ਗੱਲ ਕਹੂੰਗਾ ਭਗਵੰਤ ਮਾਨ ਨੂੰ, ਆਹ ਟਾਈਮ ਆ ਗਿਆ। ਮਾਨ ਸਾਹਿਬ ਲੀਡਰ ਉਹਨੂੰ ਕਿਹਾ ਜਾਂਦਾ ਜਿਹੜਾ ਮੌਕੇ 'ਤੇ ਆ ਜਾਏ, ਆਪਣੇ ਲੋਕਾਂ ਨਾਲ, ਆਪਣੀ ਕਿਸਾਨੀ ਨਾਲ, ਆਪਣੇ ਸੂਬੇ ਨਾਲ ਖੜਾ ਹੋਵੇ। ਹੁਣ ਤਾਂ ਇੱਕ ਮਿੰਟ, ਹੁਣ ਟਾਈਮ ਆਇਆ, ਹੁਣ ਇਹ ਵਿਚਲਾ ਕੰਮ ਨਹੀਂ ਹੋਣਾ। ਜਾਂ ਤੈਨੂੰ ਪੰਜਾਬ ਨਾਲ ਖਲੋਣਾ ਪੈਣਾ, ਜਾਂ ਤੈਨੂੰ ਸੈਂਟਰ ਨਾਲ ਅਤੇ ਹਰਿਆਣੇ ਨਾਲ ਖਲੋਣਾ ਪੈਣਾ। ਤੋ ਇਸ ਗੱਲ ਕਾਰਨ 1 ਮਾਰਚ ਤੋਂ ਅਸੈਂਬਲੀ ਸੈਸ਼ਨ ਆਉਣ, ਅਸੀਂ ਇਹ ਸੈਸ਼ਨ ਚੱਲਣ ਨਹੀਂ ਦੇਣਾ ਜਿੰਨਾ ਚਿਰ ਇਹ ਪਹਿਲੇ ਫੈਸਲਾ FIR-ਾਂ ਦਾ ਹੁੰਦਾ।